ਸੁਣਦੇ ਰਹੇ ਹਾਂ ਅਤੇ ਮਿੱਟੀ ਲਿਆਰਿਆ ਦੇਖਦਾ ਆ ਅਤੇ ਗੋਰੀ ਜਿਹੜਾ ਇਹ ਪੈਸੇ ਉਹ ਫੜਦਾ ਆ ਤਾਂ ਮਿੱਟੀ ਆਇਆ ਨੂੰ ਕੁਛ ਨਹੀਂ ਕਹਿੰਦਾ ਇਹ ਚਿੱਟਾ ਲਿਆਰਿਆ ਦੇਖਦਾ ਆ ਰਾਤੀ ਤਾਂ ਬਸ ਹੋਈ ਪਈ ਆ ਅਸੀਂ ਪਿੰਡੋਂ ਨਿਕਲਣ ਵਾਲੇ ਹੋ ਗਏ ਜੋ ਸਾਡਾ ਘਰ ਦਾ ਸਮਾਨ ਸੀ ਸਭ ਕਾ ਚੁੱਕਾ ਹੈ ਚਿੱਟਾ ਕੌਣ ਵੇਚਦਾ ਦੀਦੀ ਵੇਚਦਾ ਅੱਛਾ ਜੀ ਅਤੇ ਲਿਆਰਿਆ ਮੇਰੇ ਮੁੰਡੇ ਨੂੰ ਮੰਗੇ ਨੂੰ ਦਿੰਦਾ ਆ ਤੁਹਾਡਾ ਮੁੰਡਾ ਵੀ ਨਸ਼ੇ ਕਰਦਾ ਨਸ਼ੇ ਕਰਦਾ ਉਹਦੇ ਕੋਈ ਲੈਂਦਾ ਉਹਦੇ ਕੋਲ ਲੈਂਦਾ ਅੱਛਾ ਜੀ ਉਹਨੇ ਮਾਰਿਆ ਕੁੱਟਿਆ ਤੁਹਾਨੂੰ ਮਾਰਿਆ ਕੁੱਟਿਆ ਬੰਦੇ ਨੂੰ ਬਹੁਤ ਚੱਲਦਾ ਮੇਰਾ ਮੌਕੇ ਦਾ ਖੂਨ ਦੇਖ ਕੇ ਘਰ ਮੇਰੇ ਅੰਦਰ ਦੇ ਖੁਦ ਮੇਰੇ ਅੰਦਰ ਆ ਕੇ ਮਾਰਿਆ ਮੈਨੂੰ ਦੋ ਬੰਦੇ ਹੋਰ ਨਾ ਆਉਂਦੇ ਤੇ ਮੈਨੂੰ ਯਾਰ ਬਰਸ ਨਾਲ ਮੇਰੀ ਖਬਰ ਪਹਿਲਾਂ ਵੀ ਕਦੀ ਮਾਰਕੁੱਟ ਕੀਤੀ ਕਿੰਨੀ ਵਾਰੀ ਅੱਛਾ ਜੀ ਹੁਣ ਤਾਂ ਉਹਨਾਂ ਦਾ ਰੋਟੀ ਵੱਢ ਕੇ ਖਾਣੀ ਆ ਕੋਈ ਦੂਆ ਹੋਰ ਕੋਈ ਬੋਲਦਾ ਮੈਂ ਜੇਲ੍ਹ ਕੱਟ ਲੈਣੀ ਆ ਕਈ ਕੁਛ ਕਰਦੇ ਆ ਹੁਣ ਤਾਂ ਬਹੁਤ ਦੁਖੀ ਹੋਈ ਇਹਦਾ ਤਾਂ ਉਹਨਾਂ ਦਾ ਲੱਗ ਰਿਹਾ ਸਾਨੂੰ ਦੱਸ ਕੇ ਆਈ ਮੁੰਡਾ ਤੁਹਾਡਾ ਨਸ਼ੇ ਕਰਦਾ ਹੈ ਪੱਕਾ ਨਸ਼ਾ ਹੀ ਆ ਪੱਕਾ ਨਸ਼ਾ ਕਰਕੇ ਤੁਹਾਨੂੰ ਕੁੱਟਦਾ ਨਸ਼ਾ ਕਰਕੇ ਕੁੱਟਦਾ ਤੁਹਾਨੂੰ ਨਸ਼ਾ ਕਰਕੇ ਕੁੱਟਦਾ ਲੋਕ ਪੈਸੇ ਵਾਲੇ ਆਉਂਦੇ ਆ ਕਿੱਡੀ ਵਾਲੇ ਆਉਂਦੇ ਆ ਘਰ ਮੈਂ ਵਰਤ ਵੀ ਮੇਰੇ ਘਰ ਕਿਸੇ ਦਾ ਕੀ ਕਰਨੀ ਆ ਜੇ ਹਰ ਵਾਰ ਕਹਿੰਦਾ ਇੱਦਾਂ ਹੀ ਆਉਣੀ ਜੇ ਤਾਂ ਉਹਨੇ ਕੋਈ ਰੋਕਣਾ ਨਹੀਂ ਕਹਿੰਦਾ ਨਹੀਂ ਮੈਂ ਤਾਂ ਬਾਹਰ ਹੋ ਜਾ ਮੇਰੀ ਖੁਦ ਮੇਰੀ ਜਾਇਦਾਦ ਹੈ ਮੇਰੀ ਆਪਣੀ ਖਰੀਦੀ ਖੁਦ ਮੇਰੇ ਪੇੜ ਮੇਰੇ ਪੈਸੇ ਲਾਏ ਮੇਰੀ ਜਾਇਦਾਦ ਜ਼ਿਆਦਾ ਮੈਂ ਨਹੀਂ ਕੀਤੀ ਛੱਡ ਸਕਦੇ ਨਾ ਮੈਂ ਘਰ ਹੀ ਰਹਿਣ ਦੇ ਨਾ ਇਹ ਘਰ ਵਾਲਾ ਮੁੰਡਾ ਹੈਗਾ ਜੀ ਦੀਦੀ ਕੌਣ ਦੀਦੀ ਉਹ ਗੁਆਂਢੀਆਂ ਦਾ ਮੁੰਡਾ ਹੈ ਪਿੰਡ 'ਚੋਂ ਦੂਏ ਪਾਸੇ ਆ ਉਹਨੂੰ ਬਹੁਤ ਵਾਰੀ ਕਹਿ ਚੁੱਕੀਆਂ ਦੋਏ ਭਰਾਓ ਰਿਸ਼ਤੇ ਬੰਦ ਤੇ ਜੀ ਕੋਈ ਡੋਬੇ ਦੇ ਜਾਂਦਾ ਕੋਈ ਇਹਨੂੰ ਚਿੱਟਾ ਲਿਆ ਕੇ ਦੇ ਦਿੰਦਾ ਕੋਈ ਸਮੈਕ ਲਿਆ ਕੇ ਦੇ ਦਿੰਦਾ ਬਹੁਤ ਤਕੜਾ ਆਮਦੀ ਬਣਾਇਆ ਹੋਇਆ ਦੀਰੀ ਨੇ ਦੀਰੀ ਦੇ ਪਰਚੇ ਵੀ ਹੈਗੇ ਦੀਰੀ ਤਾਂ ਡੋਬਿਆਂ ਦਾ ਪਾਸ ਘੱਟ ਨਹੀਂ ਹੁੰਦਾ ਵੀ ਕਿ ਲੋਕ ਪਰ ਹੋਏ ਕਿ ਡੋਬੇ ਨਹੀਂ ਪਰ ਹੋਏ ਰੱਬਾ ਚੌਂਕ